ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਅਹੁਦਾ ਅਧਿਕਾਰੀਆਂ ਦੀ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਅਤੇ ਕੈਬਨਿਟ ਅਭਿਮਨਿਊ ਵੀ ਸ਼ਾਮਿਲ ਹੋਣਗੇ। ਬੈਠਕ ਤੋਂ ਪਹਿਲਾਂ ਪ੍ਰਦੇਸ਼ ਪ੍ਰਧਾਨ ਸ਼ਿਵਾਸ ਮਲਿਕ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੀਤੇ 2 ਸਾਲਾਂ ਦੌਰਾਨ ਕੁਝ ਵੀ ਨਹੀਂ ਕੀਤਾ। ਚੋਣਾਂ ਤੋਂ ਪਹਿਲਾਂ ਕੀਤਾ ਗਿਆ ਕੋਈ ਵੀ ਵਾਅਦਾ ਕਾਂਗਰਸ ਵੱਲੋਂ ਪੂਰਾ ਨਹੀਂ ਕੀਤਾ ਗਿਆ, ਜਿਸ ਦਾ ਜਵਾਬ ਪਾਰਟੀ ਨੂੰ ਵੋਟਾਂ ਸਮੇਂ ਮਿਲੇਗਾ। ਸ਼ਿਵਾਸ ਮਲਿਕ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਦੇਸ਼ ਵਿਰੋਧੀ ਦੱਸਿਆ। ਉਹਨਾਂ ਨੇ ਪਾਰਟੀ ਦੀਆਂ 3 ਲੋਕ ਸਭਾ ਚੋਣਾਂ ਦੇ ਉਮੀਦਵਾਰ ਦਾ ਜਲਦ ਹੀ ਐਲਾਨ ਕਰਨ ਦਾ ਦਾਅਵਾ ਵੀ ਕੀਤਾ। ਪੰਜਾਬ ਦੇ ਲਈ ਬਹੁਤ ਮਹੱਤਵਪੂਰਨ ਲੰਮਾ ਚੁਣਾਵ ਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਕੇ ਆਪਣਾ ਢਕੋਸਲਾ ਪੱਤਰ ਜਿਹੜਾ ਜਾਰੀ ਕੀਤਾ ਸੀ ਇਹਨਾਂ ਨੇ ਮੈਨੀਫੈਸਟੋ ਝੂਠਾ, ਉਹਦੇ ਨਾਲ ਪੰਜਾਬ ਦੇ ਭਵਿੱਖ 'ਤੇ ਤਾਲਾ ਬਣ ਕੇ ਲੱਗ ਗਏ ਨੇ। ਔਰ ਹੁਣ ਮੌਕਾ ਮਿਲਿਆ ਪੰਜਾਬ ਦੇ ਵੋਟਰਾਂ ਨੂੰ ਕਿ ਉਹ ਆਪਣੇ ਵੋਟ ਦੇ ਮਾਧਿਅਮ ਨਾਲ ਕੈਪਟਨ ਅਮਰਿੰਦਰ ਰੂਪੀ ਤਾਲਾ ਜਿਹੜਾ ਹੈ ਉਹ ਖੋਲ੍ਹ ਕੇ ਪੰਜਾਬ ਨੂੰ ਕਾਂਗਰਸ ਦੇ ਖੂਨੀ ਪੰਜੇ ਤੋਂ ਆਜ਼ਾਦ ਕਰਵਾਉਣ, ਕਿਉਂਕਿ ਇਹ ਕਾਂਗਰਸ ਹੈ ਜਿਹਨੇ ਕਿ ਪੰਜਾਬ ਦੇ ਵਿੱਚ ਹਰ ਚੀਜ਼ ਬੰਦ ਕਰਤੀ ਹੈ। ਅੱਜ 2 ਸਾਲ ਤੋਂ ਪੰਜਾਬ ਦਾ ਵਿਕਾਸ ਬੰਦ ਹੈ, ਅੱਜ ਬੁਢਾਪਾ ਪੈਨਸ਼ਨ ਬੰਦ ਹੈ, ਵਿਧਵਾ ਪੈਨਸ਼ਨ ਬੰਦ ਹੈ, ਸ਼ਗਨ ਸਕੀਮ ਬੰਦ ਹੈ, ਆਟਾ ਦਾਲ ਸਕੀਮ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ ਚਾਹ ਪੱਤੀ ਅਤੇ ਚੀਨੀ ਦਿਆਂਗੇ, ਆਟਾ ਦਾਲ ਸਕੀਮ ਬੰਦ ਹੈ। ਅੱਜ ਇਹਨਾਂ ਨੇ ਲਗਭਗ 800 ਸਕੂਲ ਬੰਦ ਕਰਤੇ ਨੇ, 750 ਡਿਸਪੈਂਸਰੀਆਂ ਬੰਦ ਕਰਤੀਆਂ, 1933 ਜਨ ਔਸ਼ਧੀ ਕੇਂਦਰ ਜਿਹੜੇ ਨੇ ਉਹ ਬੰਦ ਕਰਤੇ ਨੇ। ਅੱਜ ਇਹਨਾਂ ਨੇ ਜਿਹੜੇ ਬੱਚਿਆਂ ਨੂੰ ਮੁਫਤ ਕਿਤਾਬਾਂ, ਸਾਈਕਲ ਅਤੇ ਯੂਨੀਫਾਰਮ ਮਿਲਦੀ ਸੀ ਉਹ ਬੰਦ ਕਰਤੀ ਹੈ। ਜੋ ਟ੍ਰੇਨਾਂ ਚਲਾਈਆਂ ਸੀ ਸਾਡੀ ਅਕਾਲੀ ਬੀਜੇਪੀ ਸਰਕਾਰ ਨੇ, ਧਾਰਮਿਕ ਟ੍ਰੇਨਾਂ ਕਿ ਯਾਤਰੂ ਉੱਥੇ ਸਫ਼ਰ ਕਰ ਸਕਣ, ਅੱਜ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ। ਔਰ ਝੂਠੇ ਵਾਅਦੇ ਕੀਤੇ ਨੇ, ਯੂਥ ਅੱਜ ਦੇਖ ਰਿਹਾ ਨੌਕਰੀ ਤਾਂ ਮਿਲੀ ਨਹੀਂ, 2500 ਰੁਪਏ ਬੇਰੁਜ਼ਗਾਰੀ ਭੱਤਾ ਕਿਸੇ ਨੂੰ ਨਹੀਂ ਮਿਲਿਆ, ਕਿਸਾਨ ਨੂੰ ਵੀ ਠੱਗ ਲਿਆ ਕਿ 90,000 ਕਰੋੜ ਕਿਸਾਨ ਆਤਮਹੱਤਿਆ ਕਰ ਰਹੇ। ਮੇਰਾ ਇਹ ਕਹਿਣਾ ਹੈ ਕਿ ਅੱਜ ਲੰਮਾ ਔਰ ਉਹ ਆ ਗਿਆ ਕਿ 13 ਦੇ 13 ਸੀਟਾਂ ਤੇ ਇਹ ਕੈਪਟਨ ਰੂਪੀ ਤਾਲਾ ਜਿਹੜਾ ਹੈ ਉਹ ਵੋਟਰਾਂ ਦੀ ਚਾਬੀ ਨਾਲ ਖੁੱਲੇਗਾ। ਤੁਸੀਂ ਜਿਹੜਾ ਆਪਣਾ ਮੋਦੀ ਸਰਕਾਰ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ, ਉਹੀ ਮੈਨੀਫੈਸਟੋ ਪਹਿਲਾਂ ਵੀ ਜਾਰੀ ਕੀਤਾ ਸੀ ਅੱਜ ਮੋਦੀ ਸਰਕਾਰ ਦੀ ਕਥਨੀ ਕਰਨੀ ਹੈ। ਪਹਿਲੇ ਮੋਦੀ ਜੀ ਤੇ ਆਸ ਸੀ, ਹੁਣ ਵਿਸ਼ਵਾਸ ਹੈ, ਅਸੀਂ ਉਹ ਮੈਨੀਫੈਸਟੋ ਜਾਰੀ ਕਰਨਾ ਜਿਹੜਾ ਪੂਰਾ ਹੋ ਸਕੇ। ਕਾਂਗਰਸ ਨੇ ਤੇ ਅੱਤਵਾਦੀਆਂ ਦੇ ਵੋਟਾਂ ਲਈ ਅਜੇ ਵੀ ਕਹਿਤਾ ਕਿ ਰਾਸ਼ਟਰ ਦਰੋਹ ਦਾ ਜਿਹੜਾ ਕਾਨੂੰਨ ਹੈ, ਆਪਣੀ ਫੌਜ ਆਪਣੀ ਸੁਰੱਖਿਆ ਫੋਰਸਿਸ ਨੂੰ ਕਮਜ਼ੋਰ ਕਰ ਦਿਆਂਗੇ, ਆਤੰਕਵਾਦੀਆਂ ਦੇ ਵੀ ਵੋਟ ਚਾਹੀਦੇ ਨੇ ਕਾਂਗਰਸ ਨੂੰ। ਕਾਂਗਰਸ ਨੂੰ ਅੱਜ ਪਾਕਿਸਤਾਨ ਦੇ ਵੀ ਵੋਟ ਚਾਹੀਦੇ ਨੇ, ਕਿਉਂਕਿ ਪਾਕਿਸਤਾਨ ਕਾਂਗਰਸ ਦਾ ਸਮਰਥਨ ਕਰ ਰਿਹਾ ਔਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਹੋਏ, ਚਾਹੇ ਮਨੀਸ਼ੰਕਰ ਅਈਅਰ ਹੋਏ, ਚਾਹੇ ਕਪਿਲ ਸਿੱਬਲ ਹੋਏ, ਚਾਹੇ ਦਿਗਵਿਜੇ ਸਿੰਘ ਹੋਏ, ਇਹ ਸਾਰੇ ਲੋਕ ਕਾਂਗਰਸ ਜਿਹੜੀ ਹੈ ਪਾਕਿਸਤਾਨ ਪ੍ਰਸ਼ੰਸਕ ਬਣ ਗਈ ਹੈ। ਪਾਕਿਸਤਾਨ ਵੀ ਮੋਦੀ ਜੀ ਤੋਂ ਆਤੰਕਿਤ ਹੋ ਕੇ ਕਹਿੰਦਾ ਹੈ ਕਿ ਸਿੱਧੂ ਨੂੰ ਪ੍ਰਧਾਨ ਮੰਤਰੀ ਬਣਾਓ, ਕਾਂਗਰਸ ਦਾ ਰਾਜ ਲਿਆਓ, ਮੋਦੀ ਜੀ ਨੇ ਜੀਣਾ ਬਹਾਲ ਕਰਤਾ ਹੈ। ਸੋ ਅੱਜ ਪ੍ਰਸ਼ਨ ਇਹ ਹੈ ਕਿ ਇੱਕ ਪਾਸੇ ਤੇ ਮਜਬੂਰ ਸਰਕਾਰ ਜਿਹਦਾ ਕਿ ਪ੍ਰਧਾਨ ਮੰਤਰੀ ਨਹੀਂ ਕੋਈ ਮੰਨਦਾ, ਰਾਹੁਲ ਗਾਂਧੀ ਨੂੰ ਕੌਣ ਮੰਨਦਾ, ਜਿੰਨੀਆਂ ਪਾਰਟੀਆਂ ਨੇ ਉਹ ਕਹਿੰਦੀਆਂ ਜੀ ਰਾਹੁਲ ਗਾਂਧੀ ਸਾਡਾ ਕੈਂਡੀਡੇਟ ਨਹੀਂ ਹੈ, ਔਰ ਇੱਥੇ ਮਜ਼ਬੂਤ ਸਰਕਾਰ ਜਿਹੜੀ ਕਿ ਮੋਦੀ ਜੀ ਪ੍ਰਧਾਨ ਮੰਤਰੀ ਦੇ ਤੌਰ ਤੇ ਬੜਾ ਕੜਾ ਆਪਣਾ ਕਦਮ ਰੱਖ ਕੇ ਖੜੇ ਨੇ। ਸੋ ਮੈਂ ਸਮਝਦਾ ਕਿ 19 ਮਈ ਨੂੰ ਕਾਂਗਰਸ ਦੇ ਪੰਜੇ ਤੋਂ ਪੰਜਾਬ ਵੀ ਆਜ਼ਾਦ ਹੋਏਗਾ, ਦੇਸ਼ ਵੀ ਆਜ਼ਾਦ ਹੋਏਗਾ।